ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਗਲੋਬਲ ਇਮੀਗ੍ਰੇਸ਼ਨ ਤੋਂ, ਜੋ ਕਿ ਪਿਛਲੇ 14 ਸਾਲਾਂ ਤੋਂ ਹੁਣ ਤੱਕ ਹਜ਼ਾਰਾਂ ਬੱਚਿਆਂ ਦਾ ਬਾਹਰਲੇ ਮੁਲਕਾਂ 'ਚ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰ ਚੁੱਕਿਆ। ਪਿਛਲੇ ਕਈ ਦਿਨਾਂ ਤੋਂ ਜਦੋਂ ਮੈਂ ਆਪਣੇ ਅਲੱਗ ਅਲੱਗ ਦਫ਼ਤਰਾਂ 'ਚ ਬੈਠ ਰਿਹਾ, ਜਲੰਧਰ, ਮੋਹਾਲੀ, ਨਵਾਂਸ਼ਹਿਰ, ਤਾਂ ਬੜੀ ਵੱਡੀ ਗਿਣਤੀ 'ਚ ਹੋਰਨਾਂ ਕੰਸਲਟੈਂਟਸ ਤੋਂ, ਕੈਨੇਡਾ ਤੋਂ ਰਿਜੈਕਸ਼ਨਸ ਵਾਲੇ ਬੱਚੇ ਮੈਨੂੰ ਮਿਲਣ ਆ ਰਹੇ। ਈਵਨ ਕਿ ਮੈਂ ਨਵਾਂਸ਼ਹਿਰ ਵਿੱਚ ਦਫ਼ਤਰ ਬੈਠਿਆ, ਮੋਹਾਲੀ ਦਫ਼ਤਰ 'ਚ ਬੈਠਦਿਆਂ 7.5 ਬੈਂਡ ਵਾਲਾ ਬੱਚਾ ਵੀ, 6.5 ਬੈਂਡ ਵਾਲਾ ਬੱਚਾ ਵੀ, ਚੰਗੀ ਪ੍ਰੋਫਾਈਲ ਵਾਲਾ ਬੱਚਾ ਵੀ ਰਿਫਿਊਜ਼ਲ ਦਾ ਸਾਹਮਣਾ ਕਰ ਰਿਹਾ। ਕਾਰਨ ਕੀ ਆ? ਕੋਰਸ ਰੈਲੀਵੈਂਟ ਨਾ ਹੋਣਾ, ਕੰਸਲਟੈਂਟ ਨੂੰ ਵੀਜ਼ੇ ਦੇ ਕੋਟੇ ਦਾ ਸਿਸਟਮ ਨਾ ਪਤਾ ਹੋਣਾ, ਜਾਂ ਫਿਰ ਚੰਗੀ ਇੱਕ SOP ਸਟੇਟਮੈਂਟ ਆਫ ਪਰਪਸ ਨਾ ਬਣਾ ਕੇ ਲਾਉਣਾ ਫਾਈਲ ਦੇ ਵਿੱਚ, ਜੋ ਕਿ ਇੱਕ ਕੇਸ ਦੀ ਬੈਕਬੋਨ, ਰੀਢ ਦੀ ਹੱਡੀ ਹੁੰਦੀ ਹੈ। ਮੈਂ ਅੱਗੇ ਵੀ ਕਈ ਵਾਰ ਆਪਣੇ ਅਲੱਗ ਅਲੱਗ TV ਸ਼ੋਅਜ਼ ਵਿੱਚ ਦੱਸਦਾ, ਜਦੋਂ ਬਿਲਡਿੰਗ ਖੜੀ ਕਰਨੀ ਹੋਈ ਨਾ, 5 ਮੰਜ਼ਲੀ 6 ਮੰਜ਼ਲੀ, ਤਾਂ ਨੀਂਹ ਪੱਕੀ ਕਰ ਲੈਣੀ ਚਾਹੀਦੀ ਆ, ਫਾਊਂਡੇਸ਼ਨ ਸਟਰੋਂਗ ਬਣਾਉਣੀ ਚਾਹੀਦੀ, ਤਾਂ ਕਿ ਉੱਪਰ ਚਾਹੇ 10 ਮੰਜ਼ਲਾਂ ਸ਼ੁਰੂ ਕਰ ਬਿਲਡਿੰਗ ਖੜੀ ਬਣਾ ਦਈਏ, ਤਾਂ ਥੱਲੇ ਨੀਂਹ ਨੂੰ ਫਰਕ ਨਾ ਪਵੇ। ਸੋ ਜਿਹੜੀ ਇੱਕ SOP ਹੈ, ਸਟੇਟਮੈਂਟ ਆਫ ਪਰਪਸ ਹੈ, ਉਹ ਕੈਨੇਡਾ ਐਪਲੀਕੇਸ਼ਨ ਵਿੱਚ ਵੀਜ਼ਾ ਅਫਸਰ ਨੂੰ ਇਹ ਚੀਜ਼ ਦੱਸਣ ਲਈ ਕਨਵਿੰਸ ਕਰਦੀ ਹੈ ਕਿ ਤੁਸੀਂ ਕੈਨੇਡਾ ਕਿਉਂ ਪੜ੍ਹਨ ਜਾ ਰਹੇ ਹੋ, ਕਿਹੜੇ ਕੋਰਸ ਵਿੱਚ ਪੜ੍ਹਨ ਜਾ ਰਹੇ ਹੋ, ਤੁਹਾਡੀ ਪੜ੍ਹਾਈ ਕਰਨ ਦੀ ਇੰਟੈਂਸ਼ਨ ਕੀ ਹੈ, ਤੁਸੀਂ ਵਾਪਸ ਆ ਕੇ ਕੀ ਕਰਨਾ ਚਾਹੁੰਦੇ ਹੋ, ਔਰ ਤੁਹਾਡੀ ਮੇਨ ਮੋਟਿਵ ਹੈ ਕਿ ਕੈਨੇਡਾ ਪੜ੍ਹਨ ਜਾਣ ਦਾ। ਇਹ ਸਭ ਚੀਜ਼ਾਂ ਤੁਹਾਨੂੰ ਇੰਟਰਵਿਊ ਵਿੱਚ ਨਹੀਂ ਦੱਸੀਆਂ ਜਾਂਦੀਆਂ, ਪੁੱਛੀਆਂ ਜਾਂਦੀਆਂ, ਇੱਕ ਸਟੇਟਮੈਂਟ ਨੂੰ ਪਰਪਸ ਰਾਹੀਂ ਦੱਸੀਆਂ ਜਾਂਦੀਆਂ ਨੇ। ਦੂਜਾ, ਜੇ ਮੈਂ ਜਨਵਰੀ ਵਿੱਚ ਸਭ ਤੋਂ ਜ਼ਿਆਦਾ ਰਿਜੈਕਸ਼ਨ ਦੀ ਗੱਲ ਕਰਾਂ, ਤਾਂ ਕਾਰਨ ਕੀ ਹੈ ਕਿ ਟੋਟਲ ਕੋਟਾ ਸਿਸਟਮ ਹੈ, ਸਮਝਣ ਦੀ ਲੋੜ ਹੈ। ਬਹੁਤੇ ਕੰਸਲਟੈਂਟ ਨੂੰ ਇਸ ਬਾਰੇ ਜਾਣਕਾਰੀ ਨਹੀਂ ਗੀ। ਮੈਂ ਐਵਰੇਜ ਬੇਸ 'ਤੇ ਗੱਲ ਕਰਦਾ, ਜੇ ਸਾਲ ਦਾ 100 ਵੀਜ਼ਾ ਇਸ਼ੂ ਕਰਨਾ, ਵੈਸੇ ਵੀਜ਼ੇ ਤਾਂ ਹਜ਼ਾਰਾਂ ਇਸ਼ੂ ਕਰਦਾ ਕੈਨੇਡਾ ਹਰ ਸਾਲ, ਪੰਜਾਬੀਆਂ ਨੂੰ, ਹਿੰਦੁਸਤਾਨੀਆਂ ਨੂੰ, ਜਾਂ ਪੂਰੇ ਆਲ ਓਵਰ ਦਾ ਵਰਲਡ, ਪਰ ਐਵਰੇਜ ਬੇਸ 'ਤੇ ਜੇ ਮੈਂ 100 ਵਿੱਚੋਂ ਗੱਲ ਕਰਾਂ, ਤਾਂ 50-60% ਵੀਜ਼ਾ ਇਸ਼ੂ ਹੁੰਦਾ। ਸਭ ਤੋਂ ਵੱਡਾ ਇਨਟੇਕ ਹੈ ਸਪਟੰਬਰ ਇਨਟੇਕ, ਟੋਟਲ 10 ਇਨਟੇਕ ਹੁੰਦੇ ਨੇ, ਸਪਟੰਬਰ ਇਨਟੇਕ, ਜਨਵਰੀ ਇਨਟੇਕ ਐਂਡ ਮਈ ਇਨਟੇਕ। ਸਭ ਤੋਂ ਮੇਜਰ ਇਨਟੇਕ ਹੁੰਦਾ, ਜਿਹ 'ਚ ਸਾਰੀਆਂ ਯੂਨੀਵਰਸਿਟੀਜ਼, ਕਾਲਜ ਵਿੱਚ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਅਵੇਲੇਬਲ ਹੁੰਦੇ ਨੇ, ਟੂ 50-60% ਕੋਟਾ ਵੀਜ਼ੇ ਦਾ ਉਦੋਂ ਇਸ਼ੂ ਹੁੰਦਾ। ਬਾਕੀ ਦਾ ਰਹਿੰਦਾ ਜਿਹੜਾ 30-40% ਕੋਟਾ ਮਈ ਇਨਟੇਕ 'ਚ ਇਸ਼ੂ ਹੋ ਜਾਂਦਾ, ਅਤੇ ਸਭ ਤੋਂ ਘੱਟ ਕੋਟਾ ਬਚਦਾ ਵਿਚਾਰੇ ਜਨਵਰੀ ਇਨਟੇਕ ਦੇ ਕੋਲ, ਬਕਾਇਆ 10-15% ਜਿਹੜਾ ਕੋਟਾ ਬਚਦਾ ਉਹ ਜਨਵਰੀ ਇਨਟੇਕ 'ਚ ਰਹਿ ਜਾਂਦਾ। ਸੋ ਇਸੇ ਕਰਕੇ ਕਈ ਚੰਗੀਆਂ ਪ੍ਰੋਫਾਈਲਸ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਮੈਨੂੰ ਵੀ ਤਾਂ ਪੰਜਾਬ ਦੇ ਵਿੱਚ ਬੜੀ ਵੱਡੀ ਇਹੋ ਜਿਹੀ ਲੋਬੀ ਬੈਠੀ ਹੈ, ਜਿਨ੍ਹਾਂ ਬੱਚਿਆਂ ਦਾ ਕੈਨੇਡਾ ਦਾ 1 ਵਾਰ 2 ਵਾਰ ਜਾਂ 3 ਵਾਰ ਰਿਫਿਊਜ਼ ਹੋ ਚੁੱਕਾ, ਔਰ ਅੱਜ ਉਹ ਵਿਚਾਰੇ ਮਯੂਸ ਹੋ ਕੇ ਬੈਠੇ ਨੇ ਕਿ ਸ਼ਾਇਦ ਮੈਂ ਕੈਨੇਡਾ ਪੜ੍ਹ ਨਹੀਂ ਜਾ ਸਕਦਾ। ਮੈਂ ਦਾਅਵਾ ਕਰਦਾ ਇਸ ਵੀਡੀਓ ਰਾਹੀਂ, ਤੁਹਾਡੀ ਓਵਰਆਲ 6 ਬੈਂਡ ਹੈ, ਚਾਹੇ ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਵੀ ਨੇ, ਤਾਂ ਵੀ ਤੁਹਾਨੂੰ ਬਿਨਾਂ ਕੋਈ ਪਹਿਲਾਂ ਪੈਸਾ ਲਏ ਕੈਨੇਡਾ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰਕੇ ਦੇਵਾਂਗਾ। ਮੇਰੇ ਜਲੰਧਰ, ਮੋਹਾਲੀ, ਨਵਾਂਸ਼ਹਿਰ ਦਫ਼ਤਰਾਂ 'ਚ ਆ ਕੇ ਮੇਰੀ ਐਕਸਪਰਟ ਟੀਮ ਨੂੰ ਮਿਲਿਆ ਜਾ ਸਕਦਾ, ਕਿਉਂਕਿ RS ਗਲੋਬਲ ਦੇ ਕੋਲ ਹੈ ਉਹ ਜੀ ਐਕਸਪਰਟ ਟੀਮ, ਜੋ ਪਿਛਲੇ 13 ਸਾਲਾਂ ਤੋਂ ਮੇਰੇ ਨਾਲ ਵੱਖ ਵੱਖ 20 ਕੇਸਾਂ ਵਿੱਚ, 20 ਕੇਸਾਂ ਤੋਂ ਭਾਵ ਹੁਣ ਇਹੋ ਜਿਹੇ ਬੱਚੇ ਜਿਨ੍ਹਾਂ ਦੇ 47% ਓਵਰਆਲ ਨੰਬਰ ਸੀ, ਉਹਨੂੰ ਵੀ ਕੈਨੇਡਾ ਭੇਜਿਆ। ਇਹੋ ਜਿਹਾ ਬੱਚਾ ਜਿਹਦੀ ਪੜ੍ਹਾਈ 'ਚ 8 ਸਾਲ ਦਾ ਗੈਪ ਸੀਗਾ, ਉਹਨੂੰ ਵੀ ਕੈਨੇਡਾ ਭੇਜਿਆ। ਇਹੋ ਜਿਹਾ ਸਟੂਡੈਂਟ ਜਿਹਦਾ 7 ਵਾਰ ਰਿਫਿਊਜ਼ ਹੋ ਚੁੱਕਾ ਸੀ, ਉਹਦਾ ਵੀ ਕੈਨੇਡਾ ਵੀਜ਼ਾ ਲਵਾ ਕੇ ਭੇਜਿਆ। ਇਹ ਸਾਡੇ ਕੋਲ ਕੋਈ ਜਾਦੂ ਦੀ ਛੜੀ ਜਾਂ ਕੋਈ ਅੰਬੈਸੀ 'ਚ ਸੈਟਿੰਗ ਨਹੀਂ ਗੀ, ਸਾਡੇ ਕੋਲ ਉਹ ਜੀ ਐਕਸਪਰਟ ਟੀਮ ਹੈ ਜੋ ਬੱਚੇ ਦੀ ਪ੍ਰੋਫਾਈਲ, ਉਹਦੀ ਵੀਕਨੈਸ, ਉਹਦੀ ਨਬਜ਼ ਪਹਿਚਾਣ ਕੇ ਫਾਈਲ ਨੂੰ ਤਿਆਰ ਕਰਦੇ ਨੇ। ਜਿਹੜੀ ਕਵਰਿੰਗ ਲੈਟਰ, ਜਿਹੜੀ ਸਟੇਟਮੈਂਟ ਆਫ ਪਰਪਸ, ਜਿਹੜੀ ਫਾਈਲ ਭਰੀ ਜਾਂਦੀ ਹੈ, ਉਹਦੇ 'ਚ ਵੀਜ਼ਾ ਅਫਸਰ ਨੂੰ ਕਨਵਿੰਸ ਕੀਤਾ ਜਾਂਦਾ, ਦੱਸਿਆ ਜਾਂਦਾ ਕਿ ਸਾਡੇ ਸਟੂਡੈਂਟ ਦੀ ਇੰਟੈਂਸ਼ਨ ਕੀ ਹੈ। ਮੋਰ ਓਵਰ, ਬੱਚੇ ਦੇ ਜੇ ਨੰਬਰ ਘੱਟ ਹੈ, ਹੁਣ ਮੈਥ 'ਚੋਂ ਨੰਬਰ ਘੱਟ ਹੈ, ਬੱਚੇ ਨੂੰ ਉਹੋ ਜਿਹਾ ਪ੍ਰੋਗਰਾਮ ਦਿੱਤਾ ਜਾਂਦਾ ਹੈ ਜੋ ਮੈਥ ਬੇਸਡ ਨਹੀਂ ਹੈ। ਬੱਚੇ ਦੇ ਫਿਜਿਕਸ 'ਚੋਂ ਨੰਬਰ ਘੱਟ ਹੈ ਜਾਂ ਕੈਮਿਸਟਰੀ 'ਚ ਨੰਬਰ ਘੱਟ ਹੈ ਜਾਂ ਇਕਨੋਮਿਕਸ 'ਚੋਂ ਨੰਬਰ ਘੱਟ ਹੈ, ਉਹਨੂੰ ਉਹ ਵਾਲੇ ਸਬਜੈਕਟ ਬੇਸ ਡਿਪਲੋਮਾ ਡਿਗਰੀ ਦਿੱਤਾ ਜਾਂਦਾ, ਜਿਹੜਾ ਉਹਦੇ ਸਭ ਤੋਂ ਸਟਰੋਂਗ ਸਬਜੈਕਟ ਦੇ ਬੇਸਡ ਹੁੰਦਾ। ਮੋਰ ਓਵਰ, ਤੁਹਾਡੀਆਂ 10 ਤੋਂ ਉੱਪਰ ਸਪਲੀਜ਼ ਨੇ BTECH ਦੇ ਵਿੱਚ, ਤਾਂ ਵੀ ਤੁਸੀਂ RS ਗਲੋਬਲ ਦੀ ਬੰਦਾ ਕੈਨੇਡਾ ਪੜ੍ਹਨ ਜਾ ਸਕਦੇ। ਇਹੋ ਜਿਹੀਆਂ ਲਾਈਵ ਇਗਜ਼ਾਮਪਲ ਅਸੀਂ ਆਪਣੇ ਫੇਸਬੁੱਕ ਪੇਜ 'ਤੇ ਦਿਖਾਈਆਂ ਨੇ। ਜ਼ਿਆਦਾ ਜਾਣਕਾਰੀਆਂ ਚਾਹੁੰਦੇ ਹੋ, ਸਾਡਾ ਯੂਟਿਊਬ ਚੈਨਲ RS ਗਲੋਬਲ ਇਮੀਗ੍ਰੇਸ਼ਨ ਦੇ ਨਾਮ 'ਤੇ ਹੈ, ਇੰਸਟਾਗ੍ਰਾਮ ਚੈਨਲ ਹੈ, ਫੇਸਬੁੱਕ ਪੇਜ ਹੈ ਜਿਹਨੂੰ 9.5 ਲੱਖ ਲੋਕ ਫੋਲੋ ਕਰਦੇ ਨੇ, ਤੁਸੀਂ ਉਸ ਫੇਸਬੁੱਕ ਪੇਜ 'ਤੇ ਜਾ ਕੇ ਉਹਨਾਂ ਸਾਰੇ ਬੱਚਿਆਂ ਦੀ ਵੀਡੀਓਜ਼ ਵੇਖ ਸਕਦੇ ਹੋ, ਟੈਸਟੀਮੋਨੀ ਵੇਖ ਸਕਦੇ ਹੋ, ਜਿਨ੍ਹਾਂ ਨੇ ਵੀਕ ਪ੍ਰੋਫਾਈਲ ਦੇ ਨਾਲ 3-4 ਵਾਰ ਰਿਫਿਊਜ਼ਲ ਤੋਂ ਬਾਅਦ 47% ਨੰਬਰਾਂ ਦੇ ਨਾਲ, ਔਰ ਇੱਕ ਮੋਡਿਊਲ 'ਚੋਂ 5.5 ਬੈਂਡ ਨਾਲ ਕੈਨੇਡਾ ਪੜ੍ਹਨ ਜਾਣ ਦਾ ਸੁਪਨਾ ਪੂਰਾ ਕੀਤਾ, ਔਰ ਪੈਸੇ ਲਏ ਸਾਰੇ RS ਗਲੋਬਲ ਨੇ ਵੀਜ਼ਾ ਲੱਗਣ ਤੋਂ ਬਾਅਦ। ਕੋਈ ਐਪਲੀਕੇਸ਼ਨ ਫੀਸ ਨਹੀਂ, ਕੋਈ ਸਾਡੀ ਕੰਪਨੀ ਦੀ ਪਹਿਲਾਂ ਰਜਿਸਟ੍ਰੇਸ਼ਨ ਫੀਸ ਨਹੀਂ, ਕੋਈ ਕੰਸਲਟੈਂਸੀ ਫੀਸ ਨਹੀਂ, ਕੋਈ ਕਾਲਜ ਦੀ ਟਿਊਸ਼ਨ ਫੀਸ ਨਹੀਂ, ਤੁਸੀਂ ਕੇਵਲ ਆਪਣਾ GAC ਦਾ ਅਮਾਊਂਟ ਪੇ ਕਰਨਾ, ਆਪਣੀ ਅੰਬੈਸੀ ਫੀਸ ਪੇ ਕਰਨੀ ਹੈ, ਅਸੀਂ ਆਪਣੀ ਫੀਸ, ਕਾਲਜ ਦੀ ਫੀਸ ਤੁਹਾਡੇ ਤੋਂ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, 1-2-3 ਵਾਰ ਰਿਫਿਊਜ਼ ਹੋ ਚੁੱਕੇ ਹੋ, ਘਬਰਾਉਣ ਦੀ ਲੋੜ ਨਹੀਂ। RS ਗਲੋਬਲ ਦੀ ਐਕਸਪਰਟ ਟੀਮ, ਜਿਨ੍ਹਾਂ ਦੇ ਮੱਥੇ 'ਤੇ ਟੈਗ ਲੱਗ ਚੁੱਕਾ ਹੈ ਵੀ ਰਿਫਿਊਜ਼ਲ ਕੇਸਾਂ ਵਿੱਚ ਮਾਹਰ ਨੇ, ਇਹ ਟੈਗ ਤੁਸੀਂ ਲੋਕਾਂ ਨੇ ਸਾਨੂੰ ਦਿੱਤਾ, ਆਪਣਾ ਕੈਨੇਡਾ ਪੜ੍ਹਨ ਜਾਂਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਚਾਹੇ 1 ਮੋਡਿਊਲ 'ਚੋਂ 5.5 ਬੈਂਡ ਹੈ, ਸਾਡੇ ਕੋਲ ਮਈ ਇਨਟੇਕ ਦੇ ਦਾਖਲੇ ਖੁੱਲ੍ਹੇ ਨੇ। ਬਹੁਤ ਸਾਰੀ ਯੂਨੀਵਰਸਿਟੀ 'ਚ 10-15% ਤੋਂ ਲੈ ਕੇ 30% ਤੱਕ ਫੀਸ ਵਿੱਚ ਸਕਾਲਰਸ਼ਿਪ ਅਵੇਲੇਬਲ ਆ।
ਇੱਕੋ ਇੱਕ ਨਾਮ ਆਰ ਐੱਸ ਗਲੋਬਲ ਇਮੀਗ੍ਰੇਸ਼ਨ, ਜ਼ਰਾ ਜਾਣਕਾਰੀ ਲਈ 70500 ਨੰਬਰ 'ਤੇ ਕਾਲ ਕਰਕੇ ਮੇਰੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਦਫ਼ਤਰਾਂ ਜਾ ਕੇ ਮਿਲਿਆ ਜਾ ਸਕਦਾ, ਤਾਂ ਕਿ ਤੁਹਾਨੂੰ ਤੁਹਾਡੇ ਸੁਪਨਾ ਦੇ ਮੁਲਕ ਕੈਨੇਡਾ ਭੇਜ ਕੇ ਤੁਹਾਨੂੰ ਕੋਈ ਚੰਗੀ ਜ਼ਿੰਦਗੀ ਦਾ ਰਾਹ ਦਿਖਾਇਆ ਜਾ ਸਕੇ। ਧੰਨਵਾਦ।